ਅਸਵਲੇ ਅਸੀਂ well ਖੜੇ ਆ ਉਸ ਥਾਂ ਤੇ ਜਿੱਥੇ ਲੋਅਰ ਮੈਨਲੈਂਡ ਦੇ ਟਰੱਕ ਡਰਾਈਵਰ ਸਾਰਿਆਂ ਨੇ ਸਟ੍ਰਾਈਕ ਕੀਤੀ ਹੈ ਪਿਛਲੇ ਕਿੰਨੇ ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਜਿਹੜੀ ਇੱਥੋਂ ਦੀ ਗਵਰਨਮੈਂਟ ਆ ਫੈਡਰਲ ਗਵਰਨਮੈਂਟ ਉੱਥੋਂ ਤੱਕ ਪਹੁੰਚਾਉਣਾ ਚਾਹੁੰਦੇ ਆ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਉਹ ਕਾਮਯਾਬ ਨਹੀਂ ਹੋਈ ਇਸ ਵੇਲੇ ਅਸੀਂ ਉਹਨਾਂ ਦੇ ਬਿਲਕੁਲ ਕੋਲ ਖੜੇ ਆ ਤੇ ਸਾਡੇ ਸੁਰਸਾਗਰ ਚੈਨਲ ਦੇ ਸੀਈਓ ਜਿਹੜੇ ਆ ਉਸ ਵੇਲੇ ਗੱਲਬਾਤ ਕਰ ਰਹੇ ਆ ਪੰਨੂ ਸਾਹਿਬ ਉਹਨਾਂ ਨੂੰ ਮਾਈਕ ਦੇ ਰਿਹਾ ਤੇ ਵੇਖਦੇ ਆ ਕਿਸ ਤਰੀਕੇ ਨਾਲ ਅਗਲੀ ਗੱਲਬਾਤ ਹੁੰਦੀ ਹੈ ਪੰਨੂ ਸਾਹਿਬ ਹਾਂਜੀ ਕੀ ਹਾਲ ਜੀ ਮਹਾਰਾਜ ਤੁਸੀਂ ਗੱਲਬ ਆਪਣੇ ਦਰਸ਼ਕਾਂ ਨਾਲ ਕਰੀਏ ਇਸ ਵੇਲੇ ਅਸੀਂ ਜੋ ਪੋਰਟ ਤੇ ਐਸ ਸਟ੍ਰਾਈਕ ਚੱਲ ਰਹੀ ਹੈ ਟਰੱਕਰਸ ਦੀ ਉਸ ਬਾਬਤ ਗੱਲਬਾਤ ਕਰਨੀ ਚਾਹੁੰਦੇ ਹਾਂ ਔਰ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਟਰੱਕਰਸ ਹੁੰਦੇ ਹਨ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਅਤੇ ਤੁਹਾਡੇ ਘਰਾਂ ਵਿੱਚ ਸਮਾਨ ਜਾਂਦਾ ਹੈ ਇਹਨਾਂ ਦੀ ਬਦੌਲਤ ਜਾਂਦਾ ਹੈ ਸੋ ਅਸੀਂ ਇਹਨਾਂ ਦਾ ਪਹਿਲਾਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਦੀ ਦਿਨ ਰਾਤ ਦੀ ਮਿਹਨਤ ਸਦਕਾ ਬਹੁਤ ਸਾਰੇ ਪਰਿਵਾਰ ਜਿਹੜੇ ਹਨ ਕੈਨੇਡਾ ਪਾਲ ਰਿਆ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਸੋ ਅਸੀਂ ਜਾਨਣਾ ਚਾਹੁੰਦੇ ਹਾਂ ਵੀਰ ਜੀ ਕਿ ਇੱਥੇ ਜਿਹੜੀ ਮੁਸ਼ਕਲ ਆਈ ਹੈ ਵੈਨਕੋਰ ਜਿਹੜੇ ਪੋਰਟ ਤੇ ਏ ਕੀ ਹੈ ਜੀ ਸਭ ਨਾਲੋਂ ਪਹਿਲੇ ਤੇ ਮੈਂ ਸਾਰੇ ਆਪਣੇ ਭਰਾਵਾਂ ਵੱਲੋਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਇੱਥੇ ਆਏ ਟੋਰਾਂਟੋ ਤੋਂ ਚੱਲ ਕੇ ਸਾਡੀ ਪ੍ਰੋਬਲਮਸ ਨੂੰ ਤੁਸੀਂ ਸਮਝਿਆ ਔਰ ਇਹਨੂੰ ਬਾਕੀ ਪਬਲਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਾਡੀਆਂ ਪ੍ਰੋਬਲਮਸ ਚਾਰ ਪੰਜ ਵੱਡੀਆਂ-ਵੱਡੀਆਂ ਮੇਜਰ ਪ੍ਰੋਬਲਮਸ ਨੇ 2005 ਚ ਸਟ੍ਰਾਈਕ ਹੋਈ ਸੀ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਪੋਰਟ ਦੇ ਸਾਹਮਣੇ ਰੱਖੀਆਂ ਗਈਆਂ ਸਨ ਔਰ ਉਹਦੇ ਵਿੱਚ ਫੈਡਰਲ ਵੀ ਇਨਵੋਲਵ ਹੋਏ ਸਨ ਸਾਰਾ ਕੁਝ ਹੋਇਆ ਰੇਟਸ ਵੀ ਤੈਅ ਹੋਏ ਕਿ ਹਰ 5 ਸਾਲ ਦੇ ਬਾਅਦ ਇਹਨੂੰ ਦੁਬਾਰਾ ਰਿਵਿਊ ਕੀਤਾ ਜਾਏਗਾ ਔਰ ਦੇਖ ਲਓ ਕਿ ਜਿਹੜਾ ਅੱਜ ਤੋਂ 2005 ਤੋਂ ਲੈ ਕੇ ਹੁਣ 9 ਸਾਲ ਹੋ ਗਏ ਨੇ 9 ਸਾਲਾਂ ਦੇ ਵਿੱਚ ਰੇਟ ਉੱਥੇ ਦੇ ਉੱਥੇ ਹੀ ਨਹੀਂ ਬਲਕਿ ਸਾਨੂੰ ਪੂਰੇ ਪੂਰੇ ਰੇਟ ਫਿਰ ਵੀ ਨਹੀਂ ਮਿਲ ਰਹੇ ਅੰਡਰ ਕਟਿੰਗ ਡਿਫਰੈਂਟ ਤਰੀਕੇ ਨਾਲ ਹੋ ਰਹੀ ਹੈ ਉਸ ਤੋਂ ਬਾਅਦ ਜਿਹੜੀ ਹਰਾਸਮੈਂਟ ਐ ਪੋਰਟ ਦੇ ਉੱਤੇ ਉਹ ਇੱਕ ਪੀਕ ਤੇ ਪਹੁੰਚ ਗਈ ਹੈ ਯਾਨੀ ਸਾਡੇ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਿਆ ਤੇ ਤਾਂ ਅਸੀਂ 2-3 ਮਹੀਨੇ ਹੋ ਗਏ ਨੇ ਯੂनाइटेड ਟਰੱਕਰਜ਼ ਐਸੋਸੀਏਸ਼ਨ ਨੇ ਅੱਗੇ ਵੱਧ ਕੇ ਇਹ ਬੇੜਾ ਚੁੱਕਿਆ ਕਿ ਇਸ ਕੰਮ ਨੂੰ ਜਿਹੜਾ ਨਾ ਹੁਣ ਲਾਗੇ ਲਾਜ ਦਿੱਤਾ ਜਾਏ ਉਦੇ ਵਾਸਤੇ ਸਾਰੇ ਆਪਣਾ ਟ੍ਰਾਂਸਪੋਰਟ ਮਨਿਸਟਰ ਤੱਕ ਅਪਰੋਚ ਕੀਤੀ ਗਈ ਪੋਰਟ ਅਥਾਰਟੀਆਂ ਨੂੰ ਡਿਫਰੈਂਟ ਮੌਕਿਆਂ ਤੇ ਸਾਡੇ ਲੀਡਰਸ ਮਿਲੇ ਲੇਕਿਨ ਕਾਫੀ ਮੀਟਿੰਗਾਂ ਤੋਂ ਬਾਅਦ ਕੋਈ ਹੱਲ ਨਾ ਨਿਕਲ ਸਕਿਆ ਉਸ ਤੋਂ ਬਾਅਦ ਅਸੀਂ ਇਹ ਡਿਸਾਈਡ ਕੀਤਾ ਕਿ ਸਾਡੇ ਕੋਲ ਹੁਣ ਇਹ ਟਰੱਕ ਨਹੀਂ ਚੱਲਦੇ ਮੁਸ਼ਕਲ ਜੇਕਰ ਤੁਸੀਂ ਪਿੰਪੁਆਇੰਟ ਕਰੋ ਦੱਸੋ ਕਿ ਕੀ ਹੈ ਦੇਖੋ ਜੀ ਕਾਸਟ ਆਫ ਲਿਵਿੰਗ ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ ਕਾਸਟ ਆਫ ਲਿਵਿੰਗ ਬਹੁਤ ਉੱਤੇ ਚਲੀ ਗਈ ਹੈ ਹਾਂਜੀ ਪ੍ਰਾਈਸ ਜਿਹੜੀ ਜੋ ਕੁਝ ਸਾਨੂੰ ਮਿਲਦਾ ਹੈ ਅਸੀਂ ਜੋ ਵਾਟ ਵੀ ਆਰ ਗੈਟਿੰਗ ਇਜ਼ ਨਾਟ ਇਨਾਫ ਫॉर ਲੀਵਿੰਗ ਉਹਦੇ ਵਾਸਤੇ ਹੈ ਕਿ ਭਾਈ ਜੀ ਜਿਹੜੇ ਤੇ ਰੇਟਸ ਨੇ ਉਹ ਨਹੀਂ ਸਟੇਬਲ ਹੈਗੇ ਦੂਸਰੀ ਗੱਲ ਜਿਹੜੇ ਇੱਥੇ ਪੋਰਟਸ ਦੇ ਉੱਤੇ ਵੇਟਿੰਗ ਟਾਈਮ ਹੈ ਉਹ ਬਹੁਤ ਲੌਂਗ ਆਵਰ ਸਾਨੂੰ ਵੇਟ ਕਰਨਾ ਪੈਂਦਾ ਸਾਡੀ ਲੌਗ ਬੁੱਕ ਸਾਨੂੰ ਅਲਾਉ ਕਰਦੀ ਹੈ 14 ਘੰਟੇ ਸਮ ਟਾਈਮਸ ਸਾਨੂੰ 16 17 18 ਘੰਟੇ ਵੀ ਲੱਗ ਜਾਂਦੇ ਇੱਥੇ ਜੇਕਰ 16 17 ਲੱਗਦੇ ਹਨ ਜਦੋਂ ਤੁਸੀਂ ਟਰੱਕ ਰੋਡ ਤੇ ਪਾਉਂਦੇ ਹੋ ਉਸ ਟਾਈਮ ਤੇ ਜੇਕਰ ਫੜੇ ਜਾਂਦੇ ਹੋ ਤੇ ਜ਼ਿੰਮੇਵਾਰ ਕੌਣ ਹੁੰਦਾ ਤੁਸੀਂ ਜਾਂ ਫਿਰ ਗਵਰਨਮੈਂਟ ਉਹਦੀ ਜ਼ਿੰਮੇਵਾਰ ਜਾਂ ਪੋਰਟ ਜ਼ਿੰਮੇਵਾਰ ਉਹਦੇ ਵਾਸਤੇ ਜੀ 100% ਜ਼ਿੰਮੇਵਾਰੀ ਸਾਡੇ ਤੇ ਛੁੱਟੀ ਜਾਂਦੀ ਏ ਅਸੀਂ ਜੇਕਰ 3 4 ਵਜੇ ਪੋਰਟ ਬੰਦ ਹੁੰਦੀ ਹੈ ਜੇਕਰ ਅਸੀਂ 2 ਵਜੇ ਆ ਕੇ ਇੱਥੇ ਖੜੇ ਹੁੰਨੇ ਆ ਤੇ 11 ਮੀਲ ਲੰਮੀ ਲਾਈਨ ਲੱਗੀ ਹੋਏ ਹਮ ਹਮ ਤੁਸੀਂ ਆਪ ਹੀ ਦੱਸੋ ਕਿ ਤੁਸੀਂ ਇੱਥੋਂ ਲੈ ਕੇ ਉੱਥੋਂ ਤੱਕਰ 400 ਟਰੱਕ ਲੱਗਾ ਹੋਏ 400 ਟਰੱਕ ਨੂੰ ਇੱਕ ਘੰਟੇ 'ਚ ਕਿਸ ਤਰ੍ਹਾਂ ਸਰਵਿਸ ਦੇ ਲੈਣਗੇ ਕੀ ਉਹ ਜਦੋਂ ਤੁਸੀਂ ਖਲੋਤੇ ਤਿੰਨ ਜਾਂ ਚਾਰ ਘੰਟੇ ਉਹਦਾ ਕੋਈ ਇਵਜ਼ ਦਿੰਦੇ ਆ ਉਹਦਾ ਕੋਈ ਤੁਹਾਨੂੰ ਵੇਜਸ ਦਿੰਦੇ ਆ ਨਹੀਂ ਜੀ ਉਹਦਾ ਬਿਲਕੁਲ ਸਾਨੂੰ ਕੁਝ ਨਹੀਂ ਮਿਲਦਾ ਉਹਦੇ ਵਿੱਚ ਸਾਡਾ ਡੀਜ਼ਲ ਆਪਣਾ ਜ਼ਾਤੀ ਲੱਗਦਾ ਹ ਹ ਉਸ ਤੋਂ ਬਾਅਦ ਜਿਹੜੀ ਟੈਨਸ਼ਨ ਹੁੰਦੀ ਜਿਹੜਾ ਸਟ्रेस ਸਾਨੂੰ ਹੁੰਦਾ ਤੁਸੀਂ ਇੱਥੇ ਜਿੰਨੇ ਭਾਈ ਅਸੀਂ ਖੜੇ ਆ ਤੁਸੀਂ ਮੇਰੇ ਖਿਆਲ ਇਹ ਕਿਸੇ ਮੈਡੀਕਲ ਟੀਮ ਨੂੰ ਲਿਆ ਕੇ ਇੱਥੇ ਇਹਨਾਂ ਦਾ ਚੈੱਕਅਪ ਕਰਾਓ 90% 99% ਬੰਦਿਆਂ ਨੂੰ ਸਟ੍ਰੈਸ ਹੋਏਗਾ ਕਿੰਨੇ ਚਿਰ ਦੀ ਇਹ ਜਿਹੜੀ ਸਮੱਸਿਆ ਚੱਲ ਰਹੀ ਹੈ ਇਹ ਤੇ ਸਟ੍ਰਾਈਕ ਤੋਂ ਬਾਅਦ ਇਹਨਾਂ ਨੇ ਸਾਡਾ ਸ਼ਿਕੰਜਾ ਕਸਣਾ ਸ਼ੁਰੂ ਕੀਤਾ ਹੈ ਸਪੈਸ਼ਲੀ ਓਨਰ ਆਪਰੇਟਰਸ ਨੂੰ ਮਕਾਨ ਦੇ ਮਗਰ ਪੇ ਦੇ ਨੇ ਹਾਂਜੀ ਉਹਦੇ ਵਿੱਚ ਕੁਝ ਕੰਪਨੀਆਂ ਵੀ ਸ਼ਾਮਲ ਹੋ ਗਈਆਂ ਸਨ ਅੰਡਰ ਕਟਿੰਗ ਸ਼ੁਰੂ ਹੋ ਗਈ ਸੀ ਡੀਜ਼ਲ ਦੀ ਪ੍ਰਾਈਸ ਦਾ ਜਿਹੜਾ ਇਹਨਾਂ ਨੇ ਸਾਨੂੰ ਪਰਸੈਂਟੇਜ ਕਿਹਾ ਸੀ ਕਿ ਉਹ ਮਿਲੇਗੀ ਉਹ ਵੀ ਨਹੀਂ ਸਾਨੂੰ ਮਿਲਦੀ ਭਈ ਫਿਊਲ ਸਰਚਾਰਜ ਨੂੰ ਉਹ ਵੀ ਸਾਨੂੰ ਨਹੀਂ ਮਿਲ ਰਿਹਾ ਤੇ ਬਾਕੀ ਪੋਰਟਾਂ ਦੀ ਵੇਟਿੰਗ ਫੈਮਲੀ ਇਹ ਸਾਰੀਆਂ 16-1700 ਫੈਮਲੀ ਮੈਂਬਰ ਇੱਥੇ ਖੜੇ ਨੇ ਜਿਹੜੇ ਆਪਣੀਆਂ ਫੈਮਲੀਆਂ ਨੂੰ ਰਨ ਕਰਦੇ ਆ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਰਾਤ ਦਾ ਡਿਨਰ ਕਰ ਸਕੀਏ ਇਹ ਇਹ ਸਾਰੇ ਡਰਾਈਵਰ ਹਨ ਜਾਂ ਕੰਪਨੀਆਂ ਦੇ ਮਾਲਕਾਂ ਦੇ ਵੀ ਵਿੱਚ ਇਨਵੋਲਵ ਹੋਣਦੇ ਇਹ ਸਾਰੇ ਡਰਾਈਵਰ ਓਨਰ ਆਪਰੇਟਰ ਸਾਰੇ ਅਸੀਂ ਇਕੱਠੇ ਹੈਗੇ ਆ ਕੋਈ ਮੇਨ ਕੰਪਨੀਆ ਮੇਨ ਕੰਪਨੀ ਦੇਖੋ ਜਿੰਨੀਆਂ ਕੰਪਨੀਆਂ ਇਸ ਵੇਲੇ ਚੱਲ ਰਹੀਆਂ ਨੇ 99% ਜਿਹੜੀਆਂ ਨੇ ਤੁਸੀਂ ਇੱਥੇ ਖੜੇ ਹੋ ਇਸ ਵੇਲੇ ਰੋਡ ਦੇ ਕੰਡੇ ਮੈਨੂੰ ਦੱਸੋ ਕੋਈ ਟਰੱਕ ਤੁਸੀਂ ਮੂਵ ਹੁੰਦਾ ਦੇਖਿਆ ਨਹੀਂ ਉਹਦੀ ਵਜ੍ਹਾ ਇਹੀ ਹੈਗੀ ਏ ਕਿ ਸਾਰਿਆਂ ਨੇ ਹੁਣ ਫੀਲ ਕੀਤਾ ਕਿ ਇਹ ਟਾਈਮ ਆ ਗਿਆ ਹੁਣ ਇਹਨੂੰ ਚੇਂਜ ਹੋਣਾ ਚਾਹੀਦਾ ਮੈਂ ਦੇਖ ਰਿਹਾ ਕਿ ਕੱਲੀ ਏਸ਼ੀਅਨ ਕਮਿਊਨਿਟੀ ਆ ਆਪਣੀ ਕਮਿਊਨਿਟੀ ਆ ਜੇਕਰ ਆਪਾਂ ਸਾਊਥ ਏਸ਼ੀਅਨ ਕਹਦੀਏ ਜਿਹਦੇ ਵਿੱਚ ਪਾਕਿਸਤਾਨੀ ਹੋਣਗੇ ਜਾਂ ਭਾਰਤੀ ਜਾਂ ਬੰਗਾਲੀ ਹੋਣਗੇ ਗੋਰਾ ਨਹੀਂ ਕੋਈ ਦੇਖ ਰਿਹਾ ਦੇਖੋ ਜੀ ਗੋਰੇ ਸਾਡੀ ਜਿਹੜੀ ਕੰਟੇਨਰ ਟਰਕਿੰਗ ਇੰਡਸਟਰੀ ਦੇ ਵਿੱਚ ਐਸ ਵੇਲੇ ਸਾਡੇ ਪੰਜਾਬ ਪੰਜਾਬੀ ਭਾਈਚਾਰਾ 95% ਹੈ 5% ਜਿਹੜੇ ਬੰਦੇ ਨੇ ਗੋਰੇ ਜਿਹੜੇ ਨੇ ਉਹ ਕੁਝ ਇਹੋ ਜਿਹੀਆਂ ਕੰਪਨੀਆਂ ਚ ਕੰਮ ਕਰਦੇ ਨੇ ਜਿਨ੍ਹਾਂ ਕੋਲ ਬਾਹਰ ਦਾ ਹਾਈਵੇ ਦਾ ਵੀ ਕੰਮ ਹੈਗਾ ਜੀ ਉਹ ਇੰਟਰਸਟ ਨਹੀਂ ਲੈਂਦੇ ਅਦਰ ਹਮ ਹਮ ਔਰ ਇਹੀ ਵਜ੍ਹਾ ਹੈਗੀ ਹੈ ਸ਼ਾਇਦ ਕਿ ਅਸੀਂ ਹਲੇ ਤੱਕ ਸਾਨੂੰ ਆਪਣੇ ਗੋਲ ਅਚੀਵ ਕਰਨ ਵਾਸਤੇ ਜ਼ਿਆਦਾ ਟਾਈਮ ਲੱਗਦਾ ਆਪਣੇ ਇਥੋਂ ਕਾਫੀ ਰਾਜਨੀਤੀ ਦੇ ਵਿੱਚ ਹਨ ਤੁਸੀਂ ਕਾਫੀ ਉਹਨਾਂ ਨੂੰ ਵੋਟ ਵੀ ਪਾਉਂਦੇ ਹੋ ਸਰੀ ਦੇ ਵਿੱਚ ਵੈਨਕੂਵਰ ਜਾਂ ਡੈਲਟਾ ਹੋਰ ਨਾ ਇਲਾਕਿਆਂ ਦੇ ਵਿੱਚ ਉਹਨਾਂ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਕੀ ਉਹਨਾਂ ਨੇ ਤੁਹਾਡੀ ਆਣ ਕੇ ਇੱਥੇ ਖਬਰਸਾਰ ਲਈ ਹੈ ਜਾਂ ਫਿਰ ਕੋਈ ਉਹਨਾਂ ਦਾ ਉੱਤਰ ਹੀ ਨਹੀਂ ਦੇਖੋ ਜੀ ਪੋਲਿਟਿਕਸ ਤੁਸੀਂ ਵੀ ਮੀਡੀਆ ਰਨ ਕਰ ਰਹੇ ਹੋ ਤੁਹਾਨੂੰ ਪਤਾ ਹੈ ਪੋਲਿਟਿਕਸ ਕਿੰਡੀ ਸਲੋ ਰਨ ਕਰਦੀ ਹੈ ਤੁਹਾਡੇ ਕੋਲ ਆਣਗੇ ਤੁਹਾਨੂੰ ਇਹੋ ਜੇ ਇਹੋ ਜੇ ਪ੍ਰੋਮਿਸ ਕਰਕੇ ਜਾਣਗੇ ਕਿ ਤੁਸੀਂ ਜਨਾਬ ਉਸ ਵੇਲੇ ਫੋਨ ਖੜਕਾ ਦਿਓਗੇ ਆਪਣੀ ਫੈਮਿਲੀ ਨੂੰ ਬਈ ਕੱਲ ਨੂੰ ਮਸਲੇ ਹੱਲ ਹੋ ਜਾਣੇ ਨੇ ਪਰ ਹੁੰਦਾ ਕੀ ਇਹ ਬਾਅਦ ਵਿੱਚ ਦੁਬਾਰਾ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ ਜਦੋਂ ਵੋਟ ਲੈ ਲੈਂਦੇ ਆ ਉਸ ਤੋਂ ਬਾਅਦ ਕੋਈ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖਲੋਤਾ ਨਹੀਂ ਹੁੰਦਾ ਹੁਣ ਇਸ ਵੇਲੇ ਤੱਕ ਤੁਹਾਡਾ ਫੈਡਰਲ ਗਵਰਨਮੈਂਟ ਦੇ ਨਾਲ ਕਿਹੜੇ ਕਿਹੜੇ ਲੋਕਾਂ ਨਾਲ ਵਾਹ ਵਾਸਤਾ ਮਿਨਿਸਟਰੀ ਨਾਲ ਪਿਆ ਜੀ ਸਾਡਾ ਜੀ ਕਿਉਂਕਿ ਇਹਦਾ ਸਾਰਾ ਤਲਕ ਹੀ ਮੇਰ ਤੋਂ ਲੈ ਕੇ ਮੇਰ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਸਾਡਾ ਪੂਰਾ ਏਜੰਡਾ ਉਹਨਾਂ ਦੇ ਕੋਲ ਪਹੁੰਚਿਆ ਪਿਆ ਪਰ ਸਾਨੂੰ ਕਿਸੇ ਨੇ ਵੀ 4 ਮਹੀਨਿਆਂ ਦੇ ਵਿੱਚ ਇੱਕ ਵੀ ਲੜ ਪੱਲਾ ਜਾਂ ਇੱਕ ਵੀ ਈਮੇਲ ਕਿਸੇ ਨੇ ਨਹੀਂ ਸਾਨੂੰ ਕੀਤੀ ਤੁਹਾਡਾ ਟੇਬਲ ਤੇ ਬਹਿ ਕੇ ਕੋਈ ਵਿਚਾਰ ਵਟਾਂਦਰਾ ਤੁਹਾਡਾ ਟੇਬਲ ਤੇ ਫੈਡਰਲ ਟਰਾਂਸਪੋਰਟ ਮਿਨਿਸਟਰ ਨਾਲ ਸਾਡੀ ਗੱਲਬਾਤ ਹੋਈ ਟੇਬਲ ਤੇ ਬਹਿ ਕੇ ਪਰ ਸਾਨੂੰ ਕੁਝ ਨਹੀਂ ਬਿਨਾ ਲੱਡੂ ਦਿੱਤੇ ਕੁਝ ਨਹੀਂ ਕਿਸੇ ਨੇ ਕੀਤਾ this is this is the message from all all the truckers to the fed federal government provincial government that we are starving We are in pain. Please help us. Come forward and help us and run the economy of Canada.